ਨੇ ਆਪਣੇ ਬੜੇ ਰੁਝੇਵੇਂ 'ਚੋਂ ਟਾਈਮ ਕੱਢਿਆ। ਇੱਥੇ ਪੀਰ ਕਲੋਨੀ 'ਚ ਪਿਛਲੇ 30 ਸਾਲਾਂ ਤੋਂ ਬੜੀ ਜੱਦੋਜਹਿਦ ਦੇ ਨਾਲ ਅਸੀਂ ਪਾਰਕ ਜਿਹੜਾ ਬਣਾਉਂਦੇ ਆ ਰਹੇ ਹਾਂ। ਅਸੀਂ ਇੱਕ ਪ੍ਰੋਗਰਾਮ ਪਿਛਲੇ ਸਮੇਂ 'ਚ ਕਰਿਆ ਵੀ ਇੱਥੇ ਵਣ ਮਹਾਉਤਸਵ ਮਨਾਇਆ ਜਾਵੇ, ਥੋੜ੍ਹੇ ਬੂਟੇ ਲਾਏ ਜਾਣ ਹੋਰ, ਅਤੇ ਕਿਉਂਕਿ ਹੁਣ ਪ੍ਰਦੂਸ਼ਣ ਦਾ ਜ਼ਮਾਨਾ ਹੈ, ਹਰੇਕ ਬੰਦਾ ਬਿਮਾਰ ਹੈ। ਡਾਕਟਰ ਤਕਰੀਬਨ ਸਾਰਿਆਂ ਨੂੰ ਤਬੀਬ ਜੀ ਆ ਜਾਓ ਸਾਰਿਆਂ ਨੂੰ ਹੀ ਸਾਰਿਆਂ ਨੂੰ ਪੀਰ ਕਲੋਨੀ 'ਚ ਵਣ ਮਹਾ ਉਤਸਵ ਮਨਾ ਰਹੇ ਹਾਂ, ਜੋ ਕਿ ਪੰਜਾਬ ਸਰਕਾਰ ਦੀ ਇੱਕ ਆਈ ਹਰਿਆਲੀ ਸਕੀਮ ਦੇ ਤਹਿਤ ਪੌਦੇ ਸਾਨੂੰ ਮਿਲੇ ਹੈ। ਪੰਜਾਬ ਸਰਕਾਰ ਇਹ ਦੇ ਰਹੀ ਹੈ, ਹਰ ਜਗ੍ਹਾ ਦੇ ਰਹੀ ਹੈ, ਕਿਸੇ ਹੋਰ ਨੂੰ ਵੀ ਨਹੀਂ ਪਤਾ ਹੈਗਾ ਉਹ ਵੀ ਜਾ ਕੇ ਲੈ ਸਕਦਾ। ਅਤੇ ਅਸੀਂ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਉਰੇ ਕੋਸ਼ਿਸ਼ ਕੀਤੀ ਹੈ, ਪਹਿਲਾਂ ਵੀ ਲਗਾਏ ਹੈ, ਹੁਣ ਫਿਰ ਲਗਾ ਰਹੇ ਹਾਂ। ਚੌਂਕੀ ਚਾਰ ਸਾਹਿਬ ਨੂੰ ਆਪਾਂ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਬੁਲਾਇਆ, ਸਰਦਾਰ ਕੌਰ ਸਿੰਘ ਜੀ ਇਹਨਾਂ ਨਾਲ ਆਏ, ਸਰਦਾਰ ਹਰਦੀਪ ਸਿੰਘ ਜੀ, ਬਚਿੱਤਰ ਸਿੰਘ ਜੀ ਹੈ, ਪਵਨ ਸੰਧੂ ਜੀ, ਦੀਪ ਚੰਦ ਜੀ, ਜਿਹੜੇ ਬਾਹਰੋਂ ਆਏ ਹੈ, ਸਾਰਿਆਂ ਦਾ ਮੈਂ ਉਰੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ ਕਲੋਨੀ ਵੱਲੋਂ। ਅਤੇ ਸਾਰਿਆਂ ਨੂੰ ਰਿਕੁਐਸਟ ਵੀ ਕਰਦਾ ਕਿ ਹੁਣ ਤਾਂ ਬੂਟੇ ਲੱਗ ਜਾਣਗੇ, ਅੱਗੇ ਵਾਸਤੇ ਵੀ ਇਹਨਾਂ ਦੀ ਸਹਾਇਤਾ ਆਪਾਂ ਨੇ ਬੂਟਿਆਂ ਦੀ ਕਰਨੀ ਹੈ, ਦੇਖ ਰੇਖ ਕਰਨੀ ਹੈ, ਤਾਂ ਕਿ ਬੂਟੇ ਲਗਾਉਣ ਤਾਂ ਕੀ ਮਤਲਬ ਨਹੀਂ ਹੁੰਦਾ ਹੈਗਾ, ਜੇ ਆਪਾਂ ਇਹਨਾਂ ਦੀ ਪਾਲਣਾ ਕਰਾਂਗੇ, ਦੇਖ ਰੇਖ ਕਰਾਂਗੇ, ਅਤੇ ਤਾਂ ਹੀ ਬੂਟੇ ਅੱਗੇ ਫਲਣ ਫੁੱਲਣਗੇ। ਉਰੇ ਰੂਪਚੰਦ ਜੀ ਹੈਗੇ ਸਾਡੇ, ਬਹੁਤ ਜ਼ਿਆਦਾ ਸੇਵਾ ਕਰਦੇ ਹੈ, ਬੂਟਿਆਂ ਦੀ ਸਾਰਾ ਦਿਨ ਖੁਰਪਾ ਲੈ ਕੇ ਲੱਗੇ ਰਹਿੰਦੇ ਵਿਚਾਰੇ, ਸਵੇਰ ਸ਼ਾਮ ਤੱਕ। ਕਲਾਸ ਜੀ ਹੈਗੇ ਹੈ, ਬਨਾਰਸੀ ਜੀ ਹੈ, ਚਲੋ ਸਾਰਿਆਂ ਦੇ ਨਾਂ ਨਹੀਂ ਲਏ ਜਾ ਸਕਦੇ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਸਾਡੇ ਵਿੱਚ ਪਹੁੰਚੇ ਪੰਚਾਰ ਸਾਹਿਬ ਔਰ ਪਵਨ ਸੰਧੂ ਜੀ, ਜੋ ਕਿ ਪੀਰ ਬਾਬਾ ਦਰਗਾਹੀ ਸ਼ਾਹ ਦੀ ਪ੍ਰਬੰਧਕ ਕਮੇਟੀ ਔਰ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਸਾਡੀ ਜੋ ਵੀ ਔਰ ਸਾਰੀਆਂ ਹੀ ਪੀਰ ਕਲੋਨੀ ਦੀਆਂ ਸੰਗਤਾਂ ਔਰ ਬਹਾਦਰਗੜ੍ਹ ਦੀਆਂ ਸੰਗਤਾਂ ਵੱਲੋਂ ਜੋ ਇਹ ਅੱਜ ਬੂਟੇ ਲਾਉਣ ਦਾ ਬਾਬਾ ਜੀ ਦੀ ਦਰਗਾਹ ਦੇ ਉੱਤੇ ਪ੍ਰੋਗਰਾਮ ਰੱਖਿਆ, ਬਹੁਤ ਹੀ ਸ਼ਲਾਘਾਯੋਗ ਕਦਮ ਹੈ ਪ੍ਰਬੰਧਕ ਕਮੇਟੀ ਵੱਲੋਂ। ਔਰ ਪਿਛਲੇ ਲਗਾਤਾਰ ਕਈ ਸਾਲ ਤੋਂ ਸਭਾ ਲਗਾਤਾਰ ਬਾਬਾ ਜੀ ਦੀ ਦੇਖ ਰੇਖ ਕਰਨ ਔਰ ਇਸ ਪਾਰਕ ਦਾ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜੋ ਇੱਥੇ ਕੰਮ ਕਰ ਰਹੇ ਨੇ ਉਹ ਸਾਰੇ ਹੀ ਵਧਾਈ ਦੇ ਪਾਤਰ ਨੇ। ਸੋ ਇਹਦੇ ਜੋ ਅੱਜ ਬੂਟੇ ਲਾਉਣ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਸਭਾ ਵੱਲੋਂ ਕਮੇਟੀ ਵੱਲੋਂ, ਔਰ ਇੰਚਾਰ ਸਾਹਿਬ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਪਹੁੰਚੇ ਨੇ ਅੱਜ ਪੀਰ ਬਾਬਾ ਦਰਗਾਹੀ ਸ਼ਾਹ ਪ੍ਰਬੰਧਕ ਕਮੇਟੀ ਵੱਲੋਂ ਬੂਟੇ ਲਾਉਣ ਦੇ ਆਯੋਜਨ ਦਾ ਸਮਾਗਮ ਕੀਤਾ ਗਿਆ, ਜਿਸ ਦੇ ਵਿੱਚ ਅਸੀਂ ਮੁੱਖ ਮਹਿਮਾਨ ਸਰਦਾਰ ਕੌਰ ਸਿੰਘ ਜੀ, ਚੌਂਕੀ ਇੰਚਾਰਜ ਜੀ ਨੂੰ ਵੀ ਸੱਦਾ ਪੱਤਰ ਦਿੱਤਾ ਸੀ ਅਤੇ ਉਹ ਟਾਈਮ ਕੱਢ ਕੇ ਆਏ। ਅਤੇ ਜਿਹੜੇ ਅਸੀਂ ਬੂਟੇ ਲਾ ਰਹੇ ਹਾਂ ਸਾਰਿਆਂ ਦੇ ਸਹਿਯੋਗ ਦੇ ਨਾਲ, ਉਹਦੇ ਵਿੱਚ ਜਾ ਕੇ ਹਰੇਕ ਤਰ੍ਹਾਂ ਦੇ ਬੂਟੇ, ਫਲ ਵਾਲੇ ਵੀ ਹੈ, ਆਕਸੀਜਨ ਵਾਲੇ ਵੀ ਹੈ, ਕਾਫੀ ਬਿਮਾਰੀਆਂ ਨੂੰ ਰਾਹਤ ਦਿੰਦੇ ਹੈ। ਅਤੇ ਮੇਰੀ ਇਹੀ ਪ੍ਰਸ਼ਾਸਨ ਨੂੰ, ਪੰਜਾਬ ਸਰਕਾਰ ਨੂੰ ਵੀ ਇਹੀ ਬੇਨਤੀ ਹੈ, ਜਾਂ ਪੰਚਾਂ ਸਰਪੰਚਾਂ ਨੂੰ ਇਹੀ ਬੇਨਤੀ ਹੈ ਕਿ ਜੋ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਜਾਂ ਵਿਹਲੀਆਂ ਜ਼ਮੀਨਾਂ ਪਈਆਂ, ਉੱਥੇ ਜਿਸ ਤਰ੍ਹਾਂ ਨਸ਼ੇ ਦੀ ਮੁਹਿੰਮ ਨੂੰ ਚਲਾਇਆ ਹੋਇਆ, ਨਸ਼ੇ ਨੂੰ ਖਤਮ ਕਰਨ ਵਾਸਤੇ ਇਹ ਮੁਹਿੰਮ ਚਲਾਈ ਹੋਈ ਹੈ, ਇਸ ਤਰ੍ਹਾਂ ਹੀ ਹਰਿਆਲੀ ਜੋ ਆਪਣੇ ਪ੍ਰਦੂਸ਼ਣ ਹੋਇਆ ਉਸ ਤੋਂ ਮੁਕਤੀ ਦਿਵਾਉਣ ਵਾਸਤੇ ਜਗ੍ਹਾ ਜਗ੍ਹਾ 'ਤੇ ਰੁੱਖ ਲਗਾਏ ਜਾਣ। ਇਹ ਸਾਰੇ ਜਿਹੜੇ ਮੇਰੇ ਵੱਡੇ ਬਜ਼ੁਰਗ ਉਸ ਸਾਧ ਸੰਗਤ ਵੀ ਬੈਠੀ ਹੈ, ਤੁਸੀਂ ਮੇਰੇ ਤੋਂ ਪਹਿਲਾਂ ਸਾਰਾ ਕੁਛ ਨਹੀਂ ਕਹਿ ਚੁੱਕੇ ਹੋ ਵੀ ਬੂਟੇ ਲਾਉਣਾ ਸਭ ਤੋਂ ਵਧੀਆ ਪੁੰਨ ਦਾ ਕੰਮ ਹੈ, ਕਿਉਂਕਿ ਜੇ ਆਪਾਂ ਬੂਟੇ ਲਾਵਾਂਗੇ ਦੇਖੋ ਕਿੰਨੀ ਅੱਗ ਤਪ ਰਹੀ ਆ, ਇਹ ਉਸੇ ਕਰਕੇ ਆ। ਆਪਣੇ ਵੱਡੇ ਦਰਖਤ ਜ਼ਿਆਦਾ ਗਏ ਨੇ, ਇਸ ਟਾਈਮ ਵੀ 2.5 ਕਰੋੜ ਜਿਹੜੀ ਕਿ ਆਪਾਂ ਨੂੰ ਸਿਰਫ 2.5 ਕਰੋੜ ਬੂਟੇ ਹੀ ਲੋੜ ਆ, ਜੇ 2.5 ਕਰੋੜ ਬੂਟਾ ਲੱਗਦਾ ਤਾਂ ਸਮਝ ਲਓ ਵੀ ਆਪਣਾ ਮੌਸਮ ਬਹੁਤ ਵਧੀਆ ਫੇਰ ਹੋਊਗਾ। ਇਹੀ ਗੱਲ ਆ ਵੀ ਆਪਾਂ ਜੇ ਇੱਕ ਇੱਕ ਬੂਟਾ ਵੀ ਕਿਤੇ ਵੀ ਜਾਂਦੇ ਹਾਂ ਗੱਡ ਦੀਏ, ਕਿੱਡੀ ਗੱਲ ਹੈ, 10 ਰੁਪਏ ਦਾ ਬੂਟਾ ਵੀ ਜਾਂਦੇ ਆਪਾਂ ਨਰਸਰੀ 'ਚੋਂ ਵੀ ਲੈ ਕੇ ਵੀ ਲੈ ਵੀ ਆਹ ਲਾਤਾ, ਪਾਣੀ ਤਾਂ ਪਰਮਾਤਮਾ ਹੀ ਦਈ ਜਾਂਦਾ ਹੁੰਦਾ, ਕਈ ਵਾਰ ਜਦੋਂ ਬੂਟੇ ਦੇ ਵਧਣਾ ਉਹਨੇ ਆਪਾਂ ਵੱਧ ਜਾਣਾ, ਜਿਹੜੇ ਨੇ ਸੁੱਕਣਾ ਉਹ ਇੱਥੇ ਵੀ ਸੁੱਕ ਜੂਗਾ,
ਜੇ ਆਪਾਂ ਸੋਚੀਏ ਤਾਂ ਵੀ ਮੇਰੇ ਤਾਂ ਇਹੀ ਸਾਰਿਆਂ ਨੂੰ ਹੋਇਆ ਵੀ ਵੱਧ ਤੋਂ ਵੱਧ ਬੂਟੇ ਲਾਓ ਜਿੰਨਾ ਵੀ ਹੋ ਸਕਦਾ ਹੋਵੇ। ਬਸ ਅੱਜ ਮੈਂ ਤੁਹਾਡੇ ਤੋਂ ਬਹੁਤ ਖੁਸ਼ ਹਾਂ ਤੁਹਾਡੇ ਪਾਲੇ ਤੋਂ। ਥੈਂਕ ਯੂ ਜੀ।